ਟ੍ਰਾਂਲਾਈਨ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਤੁਹਾਡੇ ਲਈ ਵੱਡੀ ਖਬਰ ਲੈ ਕੇ ਹਾਜ਼ਰ ਹੋ ਰਹੇ ਹਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੁੱਖ ਦੀ ਖਬਰ ਪੰਜਾਬ ਤੋਂ ਆ ਰਹੀ ਹੈ ਪੰਜਾਬ ਦੇ ਪਿੰਨ ਪੁਰਥਲਾ ਮੰਦਿਰ ਤੋਂ ਜਿੱਥੇ ਇੱਕੋ ਦਿਨ ਦੋ ਬੇਨਾਂ ਨੂੰ ਦਰਦਨਾਕ ਮੌਤ ਨਸੀਬ ਹੋਈ ਹੈ ਇਸ ਪਿੰਡ ਦੇ ਵਾਸੀ ਸਾਫਾ ਫੌਜੀ ਗੁਰਮੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਕੋਈ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਵਿੰਦਰ ਕੌਰ ਦੇ ਸੈੱਲ ਘਟੇ ਹੋਏ ਸਨ ਤੇ ਉਹ ਸ਼ੂਗਰ ਦੀ ਮਰੀਜ਼ ਸੀ ਜਿਸ ਕਾਰਨ ਉਸ ਨੂੰ ਜੇਰੇ ਇਲਾਜ ਰਾੜਾ ਸਾਹਿਬ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਹਸਪਤਾਲ ਦੇ ਵਿੱਚ ਉਸ ਦਾ ਅਚਾਨਕ ਆਕਸੀਜਨ ਲੈਵਲ ਘਟਣਾ ਸ਼ੁਰੂ ਹੋ ਗਿਆ ਜਿਸ ਕਾਰਨ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਹਾਰ ਗਈ ਤੇ ਇਸ ਫ ਦਾ ਕਹ ਗਈ ਪਰ ਉਸਦੇ ਇਸ ਤਰ੍ਹਾਂ ਰੁਖਸਤ ਹੋਣ ਦੀ ਖਬਰ ਜਦ ਉਸਦੀ ਛੋਟੀ ਭੈਣ ਨੂੰ ਪਤਾ ਲੱਗੀ ਤਾਂ ਉਸ ਤੋਂ ਇਹ ਦੁੱਖ ਨਾਲ ਸਹਾਰਿਆ ਗਿਆ ਜਿਸ ਕਾਰਨ ਉਹ ਵੀ ਆਪਣੀ ਭੈਣ ਦੇ ਪਿੱਛੇ ਹੀ ਇਸ ਸੰਸਾਰ ਨੂੰ ਛੱਡ ਕੇ ਤੁਰ ਗਈ ਦੱਸਦੀ ਹੈ ਕਿ ਦੋਵੇਂ ਭੈਣਾਂ ਇੱਕੋ ਘਰ ਦੇ ਵਿੱਚ ਇੱਕੋ ਦਿਨ ਦੋ ਸਕੇ ਭਰਾਵਾਂ ਨੂੰ ਵਿਆਹੀਆਂ ਹੋਈਆਂ ਸਨ ਤੇ ਅੱਜ ਉਹ ਕੁਦਰਤ ਵੱਲੋਂ ਅਜਿਹਾ ਪਾਣਾ ਵਾਪਰਿਆ ਕਿ ਦੋਵੇਂ ਭੈਣਾਂ ਇਸ ਸੰਸਾਰ ਨੂੰ ਇਕੱਠੀਆਂ ਹੀ ਛੱਡ ਗਈਆਂ ਇਸ ਸੰਬੰਧੀ ਜਾਣਕਾਰੀ ਹਰਮਨ ਸਿੰਘ ਮਿੱਠੂ ਮੈਂਬਰ ਬਲਾਕ ਸੰਮਤੀ ਤੇ ਈਮਨੀ ਪੁਰਥਲਾ ਮੰਡਲ ਵੱਲੋਂ ਦਿੱਤੀ ਗਈ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਮਾਤਮ ਸ਼ਾ ਗਿਆ ਤੇ ਹਰ ਕੋਈ ਦੋਵੇਂ ਭੈਣਾਂ ਦੇ ਇਸ ਤਰ੍ਹਾਂ ਜਹਾਨ ਤੋਂ ਤੁਰ ਜਾਂਦੇ ਦੁੱਖ ਪ੍ਰਗਟ ਕਰ ਰਿਹਾ ਹੈ ਇਹੋ ਜੀਆਂ ਹੋਰ ਵੱਡੀਆਂ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਨਾ ਪੁੱਲੋ ਜਲਦੀ ਮਿਲਾਂਗੇ ਨਵੀਂ ਤੇ ਤਾਜ਼ਾ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ